सत श्री अकाल दोस्तों, तुहाडा सारयां दा एक बार फिर तो आई न्यूज़ पंजाब दीयां खबरां विच स्वागत है। तुसी इत्थे हर खबर एक एक करके विस्तार विच जाणोगे, पर उस तो पहला तुहानू सब नू एक बेनती है कि इस वीडियो नू लाइक करो ते पूरा जरूर देखो। आओ जानदे हां अज दी पहली वड्डी खबर। मोदी सरकार वालों पंजाब नू वड्डे झटके, हैंकड़ भन्नण लई मारी आर्थिक सट। जी हां, दस दईए कि प्रधानमंत्री नरेंद्र मोदी दे कार्यकाल विच केंद्र ते पंजाब सरकार दे संबंधां विच कुड़त्तण सिखर ते पहुंच गई। केंद्र ने पंजाब विच माल गड्डियां दी आवाजाई रोकण तो इलावा राज दा GST बकाया देण ते वी चुप वट लई है। होर तां होर कणक ते झोने दी खरीद ते राज नू दित्ते जाण वाले देहाती विकास फंड ते 1500 तों 1700 करोड़ रुपए रोकण दी तैयारी वी कर लई। केंद्र दीयां इन्हां सारियां कारवाईयां नूं पंजाब दी आर्थिक उपर सट मारन वजों वेख्या जा रहा है। इस लई BJP नूं छड्ड पंजाब दीयां सारियां सियासी पार्टियां इक सुर हो गईयां हन। सारियां सियासी धिरां दा मन्नणा है कि केंद्र सरकार पंजाब दी बांह मरोड़न लई ही अजिहा कर रही है। उंज केंद्र सरकार दे 3 खेती कानूनां विरुद्ध पंजाब सरकार वल्लों सोध बिल पास कीते जाण मगरों ही कानूनी माहिरां वल्लों केंद्र ते राज विचाले तनाव वधण दा खदशा प्रगटाया गया सी। ਹੁਣ ਉਹ ਸਹੀ ਸਿੱਧ ਹੁੰਦਾ ਵਿਖਾਈ ਦੇਣ ਲੱਗਾ। ਪੰਜਾਬ ਨੇ ਮੁੜ ਰੋਕੀ ਰੇਲ ਆਵਾਜਾਈ, ਰੇਲਵੇ ਨੇ ਕੀਤਾ ਸਪਸ਼ਟ। ਜੀ ਹਾਂ, ਦੱਸ ਦਈਏ ਕਿ ਰੇਲਵੇ ਨੇ ਵੀਰਵਾਰ ਨੂੰ ਕਿਹਾ ਕਿ ਪੰਜਾਬ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਕਾਰਨ ਪੰਜਾਬ ਵਿੱਚ ਰੇਲ ਆਵਾਜਾਈ ਇੱਕ ਵਾਰ ਫਿਰ ਤੋਂ ਰੁਕ ਗਈ ਹੈ। ਉੱਤਰੀ ਰੇਲਵੇ ਦੇ ਬੁਲਾਰੇ ਨੇ ਵੀਰਵਾਰ ਨੂੰ ਕਿਹਾ ਕਿ ਅੰਦੋਲਨ ਪ੍ਰਭਾਵਿਤ ਸੂਬੇ ਵਿੱਚ ਰੇਲਵੇ ਦੇ ਕੰਮਕਾਜ ਬਹਾਲ ਨਹੀਂ ਕੀਤੇ ਗਏ ਹਨ। ਉੱਤਰੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਦੀਪਕ ਕੁਮਾਰ ਨੇ ਕਿਹਾ, ਕੁਝ ਖਬਰਾਂ ਪ੍ਰਕਾਸ਼ਿਤ ਹੋਈਆਂ ਹਨ ਕਿ ਪੰਜਾਬ ਵਿੱਚ ਰੇਲ ਸੇਵਾਵਾਂ ਦੁਬਾਰਾ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇੱਕ ਵਾਰ ਫਿਰ ਸਪਸ਼ਟ ਕੀਤਾ ਗਿਆ ਹੈ ਕਿ ਇਹ ਝੂਠੀਆਂ ਖਬਰਾਂ ਤੋਂ ਇਲਾਵਾ ਕੁਝ ਵੀ ਨਹੀਂ ਹੈ ਤੇ ਰੇਲ ਗੱਡੀਆਂ ਇਸ ਵੇਲੇ ਨਹੀਂ ਚੱਲ ਰਹੀਆਂ। ਕੁਮਾਰ ਨੇ ਅੱਗੇ ਕਿਹਾ, ਇਨ੍ਹਾਂ ਖਬਰਾਂ ਵਿੱਚ ਕਿਹਾ ਗਿਆ ਹੈ ਕਿ 22 ਅਕਤੂਬਰ ਨੂੰ NR ਪ੍ਰੈਸ ਰਿਲੀਜ਼ ਮੁਤਾਬਿਕ ਮਾਲ ਆਵਾਜਾਈ ਦੀਆਂ ਸੇਵਾਵਾਂ ਇੱਕ ਦਿਨ ਲਈ ਦੁਬਾਰਾ ਸ਼ੁਰੂ ਕੀਤੀਆਂ ਗਈਆਂ ਸੀ ਤੇ ਰੇਲ ਦੇ ਕੰਮਕਾਜ ਸਟਾਫ ਦੀ ਅਨਿਸ਼ਚਿਤਤਾ ਤੇ ਸੁਰੱਖਿਆ ਕਾਰਨ ਬੰਦ ਕਰ ਦਿੱਤੀਆਂ ਗਈਆਂ ਸੀ। ਪ੍ਰਦੂਸ਼ਣ ਫੈਲਾਉਣ ਵਾਲਿਆਂ ਨੂੰ ਲੱਗੇਗਾ 1 ਕਰੋੜ ਰੁਪਏ ਦਾ ਜੁਰਮਾਨਾ, ਹੋਵੇਗੀ 5 ਸਾਲ ਦੀ ਸਜ਼ਾ। ਜੀ ਹਾਂ, ਦੱਸ ਦਈਏ ਕਿ ਦਿੱਲੀ NCR ਅਤੇ ਇਸ ਦੇ ਨਾਲ ਲੱਗਦੇ ਸੂਬਿਆਂ ਹਰਿਆਣਾ, ਪੰਜਾਬ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਵਿੱਚ ਗੰਭੀਰ ਹੁੰਦੇ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਇੱਕ ਕਮਿਸ਼ਨ ਦੇ ਗਠਨ ਸੰਬੰਧੀ ਆਦੇਸ਼ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਬੀਤੇ ਦਿਨ ਇੱਕ ਅਧਿਆਦੇਸ਼ ਰਾਹੀਂ ਹਵਾ ਪ੍ਰਦੂਸ਼ਣ ਦੇ ਖਤਰੇ ਨਾਲ ਨਜਿੱਠਣ ਲਈ ਇਸ ਕਮਿਸ਼ਨ ਦੇ ਗਠਨ ਨੂੰ ਮਨਜ਼ੂਰੀ ਦਿੱਤੀ। ਇਸ ਕਮਿਸ਼ਨ ਵਿੱਚ ਇੱਕ ਚੇਅਰਪਰਸਨ ਦੇ ਨਾਲ ਨਾਲ ਕੇਂਦਰ ਸਰਕਾਰ, NCR ਦੇ ਸੂਬਿਆਂ ਦੇ ਨੁਮਾਇੰਦੇ, ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਇਸਰੋ ਦੇ ਨੁਮਾਇੰਦੇ ਸ਼ਾਮਿਲ ਹੋਣਗੇ। ਜਾਣਕਾਰੀ ਮੁਤਾਬਿਕ ਇਹ ਕਮਿਸ਼ਨ ਭੂਰੋ ਲਾਲ ਦੀ ਅਗਵਾਈ ਵਾਲੇ ਵਾਤਾਵਰਣ ਪ੍ਰਦੂਸ਼ਣ ਕੰਟਰੋਲ ਅਤੇ ਸੰਭਾਲ ਅਥਾਰਟੀ ਦੀ ਥਾਂ ਲਵੇਗਾ। ਇਸ ਕਮਿਸ਼ਨ ਵਿੱਚ 17 ਮੈਂਬਰ ਹੋਣਗੇ। ਹਵਾ ਪ੍ਰਦੂਸ਼ਣ ਨੂੰ ਕਾਬੂ ਹੇਠ ਕਰਨ ਲਈ ਬਣਾਏ ਇਸ ਕਮਿਸ਼ਨ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਨ ਤੇ 5 ਸਾਲ ਦੀ ਕੈਦ ਅਤੇ 1 ਕਰੋੜ ਰੁਪਏ ਤੱਕ ਦਾ ਜੁਰਮਾਨਾ ਲਾਉਣ ਦੇ ਆਦੇਸ਼ ਹਨ। ਨਵਜੋਤ ਸਿੱਧੂ ਦੀ ਕੈਬਨਿਟ ਵਿੱਚ ਹੋਵੇਗੀ ਵਾਪਸੀ, ਪੁਰਾਣਾ ਮਹਿਕਮਾ ਮਿਲਣ ਦੀਆਂ ਚਰਚਾਵਾਂ ਨੇ ਫੜਿਆ ਜ਼ੋਰ। ਜੀ ਹਾਂ, ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਆਪਣਾ ਵਤੀਰਾ ਨਰਮ ਕਰਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਉੱਥੇ ਹੀ ਕਾਂਗਰਸ ਹਾਈ ਕਮਾਂਡ ਵੱਲੋਂ ਪੰਜਾਬ ਸਰਕਾਰ ਵਿੱਚ ਚੱਲ ਰਹੇ ਆਪਸੀ ਖਿੱਚੋਤਾਣ ਦੇ ਰਿਸ਼ਤਿਆਂ ਵਿੱਚ ਸਥਿਰਤਾ ਲਿਆਉਣ ਲਈ ਭਰਪੂਰ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਹਨ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਮਨਾਉਣ ਵਿੱਚ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਸਫਲ ਹੋ ਰਹੇ ਹਨ। ਆਉਣ ਵਾਲੀਆਂ ਨਗਰ ਕੌਂਸਲ ਅਤੇ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਪੰਜਾਬ ਕਾਂਗਰਸ ਵਿੱਚ ਕਾਂਗਰਸੀ ਆਗੂਆਂ ਦੇ ਆਪਸੀ ਕਲੇਸ਼ ਨੂੰ ਖਤਮ ਕਰਨ ਲਈ ਯਤਨ ਸ਼ੁਰੂ ਹੋ ਗਏ ਹਨ ਅਤੇ ਨਾਲ ਹੀ ਕਾਂਗਰਸ ਦੇ ਸੀਨੀਅਰ ਕਾਂਗਰਸੀ ਆਗੂਆਂ ਵੱਲੋਂ ਸਿੱਧੂ ਦੀ ਨਾਰਾਜ਼ਗੀ ਨੂੰ ਦੂਰ ਕਰਨ ਦੀਆਂ ਕੋਸ਼ਿਸ਼ਾਂ ਵੀ ਸਫਲ ਹੋਣੀਆਂ ਸ਼ੁਰੂ ਹੋ ਗਈਆਂ ਹਨ। ਪੰਜਾਬ ਪੁਲਿਸ ਦੇ ਦਾਗੀ ਅਫਸਰਾਂ ਤੇ ਸਖਤ ਐਕਸ਼ਨ ਦੀ ਤਿਆਰੀ, ਹਾਈਕੋਰਟ ਨੇ ਮੰਗੀ ਜਾਣਕਾਰੀ। ਜੀ ਹਾਂ, ਦੱਸ ਦਈਏ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸੂਬੇ ਦੇ ਵਧੀਕ ਗ੍ਰਹਿ ਸਕੱਤਰ ਨੂੰ 16 ਨਵੰਬਰ ਤੱਕ ਹਾਈਕੋਰਟ ਵਿੱਚ ਹਲਫ਼ਨਾਮਾ ਦਾਖਲ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਵਿੱਚ ਪੁਲਿਸ ਦੇ ਸਾਰੇ ਅਹੁਦਿਆਂ ਤੇ ਕਿੰਨੇ ਦਾਗੀ ਪੁਲਿਸ ਕਰਮਚਾਰੀ ਜਾਂ
अधिकारी तैनात हैं। इस बारे जानकारी मंगी गई है। इस दे नाल ही सारयां दी मौजूदा तैनाती दे नाल उन्हां दे पूरे वेरवे भी मंगे गए हैं। इस केस विच पटीशन करता दे वकील बलबीर सैनी दे बेंच नूं दस्सिया कि पिछली सुनवाई ते हाई कोर्ट दे आदेशां ते पंजाब दे उपग्रह सकत्तर विजय कुमार ने हाई कोर्ट विच एक हलफनामा दायर करके 822 पुलिस मुलाजमान नूं दागी दस्सिया सी। इस विच तकरीबन 18 इंस्पैक्टर, करीब 24 SI ते लगभग 170 ASI, बाकी हेड कॉन्सटेबल ते कॉन्सटेबल हन। मोदी सरकार दी सख्ती मगरों पंजाब विच सियासी उबाल, बीजेपी दी हालत खराब। जी हां, दस दईए कि मोदी सरकार एक तो बाद एक पंजाब प्रति सख्त फैसले लै रही है। केंद्र दे एह फैसले बलदी ते तेल वाला काम कर रहे हन। किसान जथेबंदियां दे नाल ही हुण सारियां सियासी पार्टियां भी मोदी सरकार खिलाफ हो गईयां हन। जेकर मोदी सरकार दी पंजाब प्रति एह रणनीति रही तां सूबे दे सियासी दृश्य विच वड्डियां तब्दीलियां वेखण नूं मिलणगियां। दस दईए कि केंद्र कोल पहला ही जिथे GST का 9500 करोड़ बकाया है, हुण मोदी सरकार ने पंजाब नूं एक होर झटका दिंदिया झोने दी खरीद दौरान पेंडू विकास फंड दे करीब 1000 करोड़ रुपए ते रोक ला दित्ती। केंद्र ने इस तों पहला जारी होए पैसियां दा लेखा जोखा मंगिया। पेंडू विकास फंड दा पैसा 1800 मंडियां ते 70,000 किलोमीटर पेंडू संपर्क सड़कां दे रख रखाव विच इस्तेमाल करन नूं मिलदा है। सूबा सरकार ने डाटा भेजण दीआं ड्यूटियां ला दित्तीआं हन। केंद्र वालों RDF का पैसा ना देन ते पंजाब दी सियासत गरमाई, कैप्टन ने सदी मीटिंग। जी हां, दस दईए कि केंद्र दी मोदी सरकार ने पंजाब नूं एक होर झटका दिंदे होए झोने दे मौजूदा सीजन तों RDF देन तों इनकार कर दिता। इस संबंधी मुख्यमंत्री कैप्टन अमरिंदर सिंह वालों अज देहाती विकास बोर्ड दी मीटिंग सदी गई, जिस विच इस मुद्दे ते विचार वटांदरा कीता जावेगा। इस मुद्दे ते पंजाब दी सियासत पूरी तरह गरमा गई है। खजाना मंत्री मनप्रीत सिंह बादल दा कहना है कि केंद्र सरकार दे अजिहे फैसले खिलाफ कानूनी राह अपनाया जावेगा, जदों कि इस संबंधी भाजपा दे कौमी सकत्तर तरुण चुग ने कैप्टन अमरिंदर सिंह सरकार ते दोष लाया है कि केंद्र सरकार वालों पंजाब नूं भेजे गए पेंडू विकास फंड नूं इधर उधर खर्चिया जा रहा है। उन्हां कहा कि भाजपा कैप्टन सरकार नूं RDF दा हिसाब लाउण लई कह रही है अते पैसे खुद पिंडां विच लाउण लई वचनबद्ध है, जदों कि कांग्रेस फंडां नूं इधर उधर घुमा के लोकां नूं गुमराह कर रही है। सोने चांदी दीआं कीमतां विच गिरावट दा दौर जारी, जाणो अज दे भाव। जी हां, दस दईए कि सोना अज MCX ते 49 रुपए टुट के खुल्लिया। 4 दसंबर दी डिलीवरी वाला सोना सवेरे 84 रुपए दी गिरावट दे नाल 50,411 रुपए प्रति 10 ग्राम ते कारोबार कर रहा सी। इह कल 50,495 रुपए दी कीमत ते बंद होया सी अते अज 49 रुपए दी गिरावट नाल 50,446 रुपए ते खुल्लिया। इस तों बाद लगातार इस विच गिरावट दा दौर जारी है। शुरुआती कारोबार विच ही यह 50,405 रुपए दे हेठले पद्धर अते 50,488 रुपए दे उच्च पद्धर ते पहुंच गया। फरवरी डिलीवरी लई सोना भी 49 रुपए दी गिरावट दे नाल 50,545 रुपए ते कारोबार कर रहा सी। रुपए दी वटांदरा दर विच गिरावट दरमियान दिल्ली सराफा बाजार विच बुधवार नूं सोना 188 रुपए दी तेजी नाल 51,220 रुपए प्रति 10 ग्राम रहा। HDFC सिक्योरिटीज ने यह जानकारी दिती। पिछले कारोबारी सैशन विच सोना 51,032 रुपए प्रति 10 ग्राम ते बंद होया सी। पराली साड़न खिलाफ मोदी सरकार लियाएगी आर्डिनेंस, सुप्रीम कोर्ट नूं दित्ती जानकारी। जी हां, दस दईए कि केंद्र सरकार ने अज वीरवार सुप्रीम कोर्ट नूं दस्सिया कि पराली साड़न ते प्रदूषण नूं रोकण लई एक आर्डिनेंस लै के आई है। इस नूं पहला ही जारी कर दिता गया। चीफ जस्टिस SA बोबड़े की अगवाई वाले बेंच ने कहा कि इस मामले विच कोई दिशा निर्देश पास करन तो पहला इस आर्डिनेंस नूं देखना होवेगा, जिस विच दिल्ली दे गुआंढी सूबियां विच पराली साड़न कारण होण वाले प्रदूषण संबंधी मुद्दे ते खड़ा कीता सी। जस्टिस AS बोपन्ना अते वी राम सुब्रमण्यम दी समूलियत वाले बेंच ने कहा, असी कोई ऑर्डर पास करन तो पहला आर्डिनेंस नूं वेखना चाहुंदे हां, इत्थों तक कि पटीशन करता भी वेखना चाहुंदे हन। अगले शुक्रवार इस नूं सुनना चाहांगे। सोलिसिटर जनरल तुषार मेहता ने बेंच नूं आर्डिनेंस तों जाणू करवाया।
ਬਜ਼ੁਰਗ ਜੋੜੇ ਦਾ ਬੇਰਹਿਮੀ ਨਾਲ ਕਤਲ, ਖੂਨ ਨਾਲ ਲੱਥ-ਪੱਥ ਮਿਲੀਆਂ ਲਾਸ਼ਾਂ। ਜੀ ਹਾਂ, ਦੱਸ ਦਈਏ ਕਿ ਕਪੂਰਥਲਾ ਦੇ ਸ਼ਿਕਾਰਪੁਰ ਪਿੰਡ ਵਿੱਚ ਬਜ਼ੁਰਗ ਜੋੜੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਕਿਹਾ ਜਾ ਰਿਹਾ ਹੈ ਕਿ ਲੁਟੇਰਿਆਂ ਨੇ ਬੁੱਧਵਾਰ ਅੱਧੀ ਰਾਤ ਘਰ ਵਿੱਚ ਸੁੱਤੇ ਪਏ ਬਜ਼ੁਰਗ ਜੋੜੇ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਸਵੇਰੇ ਜਦੋਂ ਲੋਕਾਂ ਨੂੰ ਇਸ ਘਟਨਾ ਬਾਰੇ ਪਤਾ ਲੱਗਿਆ ਤਾਂ ਘਰ ਵਿੱਚ ਸਮਾਨ ਪੂਰੀ ਤਰ੍ਹਾਂ ਖਿਲਰਿਆ ਪਿਆ ਸੀ। ਬਜ਼ੁਰਗ ਜੋੜੇ ਦੀਆਂ ਲਾਸ਼ਾਂ ਖੂਨ ਨਾਲ ਲੱਥ-ਪੱਥ ਹਾਲਤ ਵਿੱਚ ਵਰਾਂਡੇ ਵਿੱਚ ਪਈ ਸੀ। ਦੱਸਿਆ ਜਾ ਰਿਹਾ ਹੈ ਕਿ 60-62 ਸਾਲਾ ਜਰਨੈਲ ਸਿੰਘ ਤੇ ਉਸ ਦੀ ਪਤਨੀ ਜੋਗਿੰਦਰ ਕੌਰ ਰਾਤ ਵੇਲੇ ਘਰ ਵਿੱਚ ਸੁੱਤੇ ਪਏ ਸੀ। ਜਦੋਂ ਕੁਝ ਲੋਕ ਕੰਧ ਟੱਪ ਕੇ ਘਰ ਵਿੱਚ ਦਾਖਲ ਹੋਏ, ਲੁਟੇਰਿਆਂ ਨੇ ਜਰਨੈਲ ਸਿੰਘ ਤੇ ਉਸਦੀ ਪਤਨੀ ਦੇ ਸਿਰ ਤੇ ਕਈ ਹਮਲੇ ਕੀਤੇ, ਜਿਸ ਕਾਰਨ ਉਹਨਾਂ ਦੀ ਮੌਕੇ ਤੇ ਮੌਤ ਹੋ ਗਈ। ਪੁਲਿਸ ਆਸ-ਪਾਸ ਦੇ ਲੋਕਾਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ। ਇਸ ਦੇ ਨਾਲ ਹੀ ਇਸ ਘਟਨਾ ਕਾਰਨ ਪੂਰੇ ਖੇਤਰ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪੰਜਾਬ ਦੇ ਕਿਸਾਨਾਂ ਦਾ ਵੱਡਾ ਐਲਾਨ। ਕਿਹਾ, ਇਸ ਤਰੀਕ ਨੂੰ ਕੇਂਦਰ ਤੇ ਕਾਰਪੋਰੇਟ ਘਰਾਣਿਆਂ ਦੇ ਹੰਕਾਰ ਨੂੰ ਕਰਾਂਗੇ ਚੱਕਣਾ ਚੂਰ। ਜੀ ਹਾਂ, ਦੱਸ ਦਈਏ ਕਿ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਰੋਹ ਬਰਕਰਾਰ ਹੈ। ਇਸ ਦੌਰਾਨ ਅੱਜ ਭਾਰਤੀ ਕਿਸਾਨ ਯੂਨੀਅਨ ਨੇ ਪੰਜਾਬ ਸਰਕਾਰ ਦੇ ਮੰਤਰੀਆਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਤੋਂ ਬਾਅਦ ਕਿਸਾਨਾਂ ਨੇ ਕਿਹਾ ਕਿ ਉਹ ਕਿਸੇ ਵੀ ਰੇਲਵੇ ਟਰੈਕ ਤੇ ਨਹੀਂ ਬੈਠੇ। ਉਹਨਾਂ ਕਿਹਾ ਕਿ ਅਸੀਂ ਨਿੱਜੀ ਥਰਮਲ ਪਲਾਂਟਾਂ ਅੰਦਰ ਜਾਂਦੇ ਟਰੈਕ ਹੀ ਰੋਕੇ ਹਨ। ਉਹਨਾਂ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਕਿਸਾਨ ਦਾ ਨੁਕਸਾਨ ਹੋਵੇ। ਬੀਕੇਜ ਉਗਰਾਹਾਂ ਦੇ ਆਗੂਆਂ ਨੇ ਕਿਹਾ ਕਿ ਸਾਡਾ ਸਿੱਧਾ ਟਕਰਾਅ ਪੰਜਾਬ ਸਰਕਾਰ ਨਾਲ ਨਹੀਂ, ਸਾਡੀ ਟੱਕਰ ਮੋਦੀ ਭਾਜਪਾ ਤੇ ਕਾਰਪੋਰੇਟ ਘਰਾਣਿਆਂ ਨਾਲ ਹੈ ਅਤੇ ਅਸੀਂ ਆਉਂਦੀ 5 ਨਵੰਬਰ ਨੂੰ ਮੋਦੀ ਤੇ ਭਾਜਪਾ ਦੇ ਹੰਕਾਰ ਨੂੰ ਚੱਕਣਾਚੂਰ ਕਰਕੇ ਦਿਖਾਵਾਂਗੇ। ਪਰਾਲੀ ਦੇ ਮਾਮਲੇ ਤੇ ਬਣਾਏ ਜਾ ਰਹੇ ਕਮਿਸ਼ਨ ਨੂੰ ਲੈ ਕੇ ਉਹਨਾਂ ਕਿਹਾ ਕਿ ਅਸੀਂ ਪਰਾਲੀ ਮੁਫ਼ਤ ਦੇਣ ਨੂੰ ਤਿਆਰ ਹਾਂ ਅਤੇ ਸਰਕਾਰ ਚੁੱਕ ਸਕਦੀ ਹੈ, ਪਰੰਤੂ ਅਸੀਂ ਪ੍ਰਦੂਸ਼ਣ ਫੈਲਾਉਣ ਦੇ ਹੱਕ ਵਿੱਚ ਨਹੀਂ। ਇਸ ਮਾਮਲੇ ਵਿੱਚ ਕਿਸਾਨਾਂ ਨੂੰ ਬੇਵਜ੍ਹਾ ਬਦਨਾਮ ਕੀਤਾ ਜਾ ਰਿਹਾ ਹੈ। ਦੋਸਤੋ, ਜੇ ਤੁਹਾਨੂੰ ਇਹ ਸਾਡੀ ਜਾਣਕਾਰੀ ਵਧੀਆ ਲੱਗੀ ਤਾਂ ਕਮੈਂਟ ਕਰਕੇ ਦੱਸਿਓ, ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਧੰਨਵਾਦ।